ਸੋਮਵਾਰ ਨੂੰ ਹੋਲੀ ਦੇ ਤਿਉਹਾਰ ਮੌਕੇ ਪੁਲਿਸ ਹੁੱਲੜਬਾਜ਼ਾਂ 'ਤੇ ਸਖ਼ਤ ਰਹੀ। ਇਹ ਤਸਵੀਰਾਂ ਲੁਧਿਆਣਾ ਦੀਆਂ ਨੇ। ਇੱਥੇ ਪੁਲਿਸ ਨੇ ਹੁੱਲੜਬਾਜ਼ਾਂ ਨੂੰ ਘੇਰ ਕੇ ਉਹਨਾਂ ਦੇ ਚਲਾਣ ਕੱਟੇ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਹੋਰ ਲੋਕਾਂ 'ਤੇ ਵੀ ਪੁਲਿਸ ਦੀ ਕਾਰਵਾਈ ਹੋਈ। ਇਹ ਜੀ ਮਾਨਯੋਗ ਕਮਿਸ਼ਨ ਸਾਹਿਬ ਵੱਲੋਂ ਆਰਡਰ ਹੈ ਕਿ ਕੋਈ ਵੀ ਹੁੱਲੜਬਾਜ਼ ਆ ਜਾਂ ਕੋਈ ਸ਼ਰਾਰਤੀ ਅਨਸਰ ਘੁੰਮ ਰਹੇ ਨੇ ਉਹਨਾਂ ਖਿਲਾਫ਼ ਕਾਰਵਾਈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਕਰਕੇ ਤਕਰੀਬਨ ਸਵੇਰੇ 7:30 ਤੋਂ ਸਾਡੇ ਪੂਰੀ ਟ੍ਰੈਫਿਕ ਪੁਲਿਸ ਮੁਸਤੈਦ ਹੈ ਜੀ। ਕੋਈ ਵੀ ਕਾਰਵਾਈ ਵਿੱਚ ਢਿੱਲ ਨਹੀਂ ਕੀਤੀ ਜਾ ਰਹੀ। ਕਿਸੇ ਵੀ ਤਰ੍ਹਾਂ ਦਾ ਕੋਈ ਹੁੱਲੜਬਾਜ਼ ਆ ਕੋਈ ਕਰ ਰਹੇ ਨੇ ਉਸ ਕਰਕੇ ਉਹਨਾਂ ਖਿਲਾਫ਼ ਕਾਰਵਾਈ ਕਰ ਰਹੇ ਹਾਂ। ਸਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਨਾਲ? ਹਾਂਜੀ ਹਾਂ, ਚੈਕਿੰਗ ਵੀ ਕਰ ਰਹੇ ਹਾਂ। ਜੋ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਵੀ ਉਹਨਾਂ ਖਿਲਾਫ਼ ਹੀ ਕਾਰਵਾਈ ਕਰਾਂਗੇ ਜੀ। ਅਤੇ ਸਰ ਇਹ ਟੋਟਲ ਚਲਾਣ ਹੁਣ ਤੱਕ ਕਿੰਨੇ ਕੁ ਕਰਤੇ ਹੋਣੇ? ਹੁਣ ਤੱਕ ਤਕਰੀਬਨ 11 ਚਲਾਣ ਕਰ ਚੁੱਕੇ ਹਾਂ ਜੀ। ਇਹਨਾਂ 'ਚ ਕੋਈ ਬਾਉਂਡ ਕੀਤਾ ਜਾਂ ਖਾਲੀ? ਨਹੀਂ, ਇਹਨਾਂ ਵਿੱਚ ਬਾਉਂਡ ਨਹੀਂ ਹੈ ਕੀਤਾ ਕੋਈ, ਕਿਉਂਕਿ ਡਾਕੂਮੈਂਟ ਤਕਰੀਬਨ ਮਿਲ ਜਾਂਦੇ ਆ ਜੀ। ਜੇ ਡਾਕੂਮੈਂਟ ਨਾ ਮਿਲੇ ਤਾਂ ਬਾਉਂਡ ਕਰਾਂਗੇ। ਅਤੇ ਜਿਹੜੇ ਟ੍ਰਿਪਲਿੰਗ ਆ ਉਹਨਾਂ ਦਾ ਕਿਸ ਤਰ੍ਹਾਂ ਦਾ? ਟ੍ਰਿਪਲਿੰਗ ਦਾ ਉਹਨਾਂ ਦਾ ਜੇ ਤਾਂ ਡਾਕੂਮੈਂਟ ਦਿੰਦੇ ਆ ਠੀਕ ਆ, ਨਹੀਂ ਤਾਂ ਫਿਰ ਬਾਉਂਡ ਕਰਾਂਗੇ। ਤਾਂ ਹੁਣ ਤੱਕ ਤਾਂ ਟ੍ਰਿਪਲਿੰਗ ਚਲਾਣ ਹੋਏ ਨੇ ਜਾਂ ਡਰਿੰਕ ਐਂਡ ਡਰਾਈਵ ਦੇ ਹੋਏ ਆ ਜੀ। ਅਤੇ ਸਰ ਲੁਧਿਆਣਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਜਿਵੇਂ ਕਿ ਅੱਜ ਹੋਲੀ ਦੇ ਤਿਉਹਾਰ 'ਚ ਹੁੱਲੜਬਾਜ਼ੀ ਜ਼ਿਆਦਾਤਰ ਲੜਕੇ ਕਰਦੇ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅਸੀਂ ਪੁਲਿਸ ਵੱਲੋਂ ਤਾਂ ਮੈਸੇਜ ਇਹੀ ਆ ਕਿ ਤੁਸੀਂ ਆਰਾਮ ਨਾਲ ਇੰਜੋਏ ਕਰੋ, ਹੋਲੀ ਦਾ ਤਿਉਹਾਰ ਹੈ, ਆਪਣੇ ਇੰਜੋਏਮੈਂਟ ਕਰੋ, ਪਰਿਵਾਰ ਵਿੱਚ ਬੈਠ ਕੇ ਕਰੋ, ਹੁੱਲੜਬਾਜ਼ੀ ਨਾ ਕਰੋ, ਨਾ ਕਿਸੇ ਨੂੰ ਕੋਈ ਸੱਟ ਫੇਟ ਲੱਗੇ, ਨਾ ਕਿਸੇ ਨੂੰ ਕੋਈ ਉਹੋ ਜਿਹੀ ਆਵੇ। ਇਸ ਕਰਕੇ ਆਪਣੇ ਘਰਾਂ 'ਚ ਆਪਣੇ ਪਰਿਵਾਰ ਦੇ ਵਿੱਚ ਇੰਜੋਏ ਕਰੋ। ਅਤੇ ਜਿਵੇਂ ਸਰ ਡਰਿੰਕ ਕਰਕੇ ਕਰਦੇ, ਉਹਦੇ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ? ਬਿਲਕੁਲ ਹੋ ਸਕਦਾ ਜੀ। ਨਾਕਾ ਲਾਇਆ ਹੋਇਆ ਕਈ ਵੇਲੇ ਰੋਕਦੇ, ਜਿਵੇਂ ਹੁਣ ਮੈਂ ਵੀ ਦੇਖਿਆ ਸੀ ਰੁਕ ਰਹੇ ਸੀ ਤੁਸੀਂ, ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ, ਉਹਦੇ ਨਾਲ ਮੁਲਾਜ਼ਮ ਦੇ ਵੀ ਸੱਟ ਲੱਗ ਸਕਦੀ ਹੈ? ਬਿਲਕੁਲ ਬਿਲਕੁਲ, ਉਹਦੇ ਤਾਂ ਲੱਗੂ ਨਾਲ ਮੁਲਾਜ਼ਮ ਦੇ ਜਾਂ ਕੋਈ ਹੋਰ ਬੰਦਾ ਕੋਈ ਕ੍ਰੋਸ ਕਰ ਰਿਹਾ ਕੋਈ ਜਾਂ ਪੈਦਲ ਜਾ ਰਿਹਾ, ਉਹਦੇ ਵੀ ਸੱਟ ਲੱਗ ਸਕਦੀ ਹੈ, ਪਿੱਛੋਂ ਕੋਈ ਗੱਡੀ ਆ ਕੇ ਉਹਦੇ ਵਿੱਚ ਵੱਸ ਸਕਦੀ ਆ। ਇਸ ਕਰਕੇ ਇਹੋ ਜਿਹੀ ਗਲਤੀ ਨਾ ਕਰੋ ਕਿ ਜਿਹਦੇ ਨਾਲ ਤੁਹਾਨੂੰ ਆਪਣਾ ਹੀ ਨੁਕਸਾਨ ਹੋਵੇ ਜਾਂ ਕਿਸੇ ਦਾ ਕਰਾਂ, ਉਹ ਗਲਤ ਹੈ ਜੀ।